लो दोस्तों आज अगेन ओरिजिनल पासपोर्ट रिक्वेस्ट वन अगेन गुड न्यूज़ 11 ਕਸਟਮਰਸ ਦੀ ਡੇਟ ਹੈਗੀ ਆ 26 ਜੁਲਾਈ ਨੂੰ ਫਾਈਲ ਆਈ ਗਈ ਸੀ ਵੈਰੀ ਫਾਸਟ ਪ੍ਰੋਸੈਸਿੰਗ ਆਮ ਆਲਸੋ ਅਮੇਜ਼ਡ ਕਿ ਕਈਆਂ ਦਾ ਦੇਖੋ ਰਿਜ਼ਲਟ ਇੰਨੀ ਜਲਦੀ ਆ ਰਿਹਾ ਔਰ ਕਈਆਂ ਦਾ ਰਿਜ਼ਲਟ ਹੱਲੇ 3-3 ਮਹੀਨੇ 6-6 ਮਹੀਨੇ ਹੱਲੇ ਵੀ ਨਹੀਂ ਆ ਰਿਹਾ ਸੋ ਬੈਕਲੌਗ ਕਿੰਨੇ ਕਰੇ ਲੋਕਾਂ ਨੂੰ ਤੰਗ ਕਰ ਰਿਹਾ ਦੋਸਤੋ ਕੰਗ੍ਰੈਚੁਲੇਸ਼ਨ ਟੂ ਦਾ ਕਲਾਈਂਟ ਟੁਡੇ ਜਿਨ੍ਹਾਂ ਦੀ ਪੀਪਰ ਆਈ ਹੈ ਐਂਡ ਅੱਜ ਦੋਸਤੋ ਦੋ ਰਿਫਿਊਜ਼ਲ ਹੋ ਰਾਇਆ ਨੇ ਨਾਲ-ਨਾਲ ਕਿਉਂਕਿ ਦੋਨੋਂ ਚੀਜ਼ ਦਾ ਨਾਲ-ਨਾਲ ਚੱਲ ਰਹੀਆਂ ਲੇਕਿਨ ਜੋ ਪੀਪੀਆਰ ਹੈ ਉਹਦਾ ਜੋ ਇੱਕ ਅਪਰੂਵਲ ਰੇਟ ਹੈ ਉਹ ਨਾਰਮਲ ਜਾਂਦਾ ਪਿਆ ਹੈ ਬਟ ਰਿਫਿਊਜ਼ਲ ਦਾ ਜੋ ਰੇਟ ਹੈ ਉਹ ਥੋੜਾ ਜਿਹਾ ਹਾਈ ਜਾ ਰਿਹਾ ਹੈ ਬਿਕਾਜ਼ ਹਾਈ ਕਮਿਸ਼ਨ ਤੇ ਵੀ ਬਹੁਤ ਪ੍ਰੈਸ਼ਰ ਹੈ 27 ਲੱਖ ਐਪਲੀਕੇਸ਼ਨਸ ਨੇ ਉਹਨਾਂ ਵਿੱਚ ਟੂਰਿਸਟ ਵੀ ਹੈ ਸਟੱਡੀ ਵੀ ਹੈ ਪੀਆਰ ਵੀ ਹੈ ਸੋ ਉਹਨਾਂ ਦੇ ਵੀ ਬਹੁਤ ਪ੍ਰੈਸ਼ਰ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਉਹਨੂੰ ਨਿਪਟਾਰਾ ਕਰੋ ਸੋ ਏਸ ਕਾਕੇ ਦੋਸਤੋ ਪੁਰਾਣੇ ਕੇਸਾ ਜਿੰਨ ਕਿਤਨੇ ਕਿਤੇ ਰਿਫਿਊਜ਼ ਆ ਰਹੀ ਹੈ ਬਟ ਹੌਲੀ ਹੌਲੀ ਪੀਪੀਆਰ ਵੀ ਆ ਰਹੀਆਂ ਨੇ ਸੋ ਮੈਂ ਉਹਨਾਂ ਨਾਲ ਸ਼ੇਅਰ ਕਰੀ ਜਾ ਰਿਹਾ ਰਹੀ ਗੱਲ ਦੋਸਤੋ ਪ੍ਰੋਫਾਈਲ ਦੀ ਇਹਨਾਂ ਦੀ ਪ੍ਰੋਫਾਈਲ ਬਿਜ਼ਨਸ ਦੀ ਹੈ ਆਈਟੀਆਰ ਅਪਰੋਕਸੀਮੇਟਲੀ 5 ਲੱਖ ਦੇ ਕਰੀਬ ਬੈਂਕ ਬੈਲੈਂਸ ਆਈ ਥਿੰਕ ਸੋ 9 ਲੱਖ ਦੇ ਕਰੀਬ ਸੀਗਾ ਐਂਡ ਕੋਈ ਰਿਫਿਊਜ਼ਲ ਨਹੀਂ ਸੀ ਪਹਿਲਾਂ सो कांग्रेचुलेशंस वंस अगेन टू द क्लाइंट दोस्तों वीडियो वी जरूर शेयर करूंगा यूके ਦੇ ਵੀਜ਼ਾ ਵੀ ਆ ਰਹੇ ਨੇ ਅੱਜ ਯੂਕੇ ਦੇ ਵੀਜ਼ਾ ਵੀ ਇਸ਼ੂ ਹੋ ਚੁੱਕੇ ਨੇ ਪਹਿਲਾਂ ਵੀ ਹੋਏ ਸੀ ਬਟ ਵੀਡੀਓ ਯੂਕੇ ਦੀ ਨਹੀਂ ਪਾ ਰਿਆਂ ਕਿਉਂਕਿ ਟਾਈਮ ਨਹੀਂ ਲੱਗ ਰਿਹਾ ਕੈਨੇਡਾ ਦੇ ਵਿੱਚ ਇੰਨਾ ਮਸ਼ਰੂਫ ਆ ਕਿ ਯੂਕੇ ਦੀ ਸਕਸੈਸ ਸਟੋਰੀਜ਼ ਬਣਾ ਕੇ ਰੱਖ ਰਿਹਾ ਹਾਂ ਲੇਕਿਨ ਪਾ ਨਹੀਂ ਪਾ ਰਿਹਾ ਸੋ ਬਹੁਤ ਜਲਦੀ ਉਹ ਵੀ ਸ਼ੇਅਰ ਕਰੂੰਗਾ ਇਵਨ ਸ਼ੈਨਿੰਗਨ ਦੇ ਵੀਜ਼ਾ ਵੀ ਇਸ਼ੂ ਹੋ ਗਏ ਨੇ ਉਹਨਾਂ ਦੀ ਵੀਡੀਓ ਵੀ ਪਾ ਨਹੀਂ ਹੋਈ ਸੋ ਉਹ ਵੀ ਜਲਦ ਸ਼ੇਅਰ ਜ਼ਰੂਰ ਕਰੂੰਗਾ ਥੈਂਕ ਯੂ ਸੋ ਮਚ ਦੋਸਤੋ ਆਪਣਾ ਇੰਨਾ ਪਿਆਰ ਬਖਸ਼ਣ ਲਈ ਮੈਨੂੰ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰਮ ਵੀਜ਼ਾ ਹੱਬ ਇਮੀਗ੍ਰੇਸ਼ਨ ਥੈਂਕ ਯੂ ਦੋਸਤੋ